ਸਵਾਰੀਆਂ ਦੇ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਦੇ ਨਾਲ ਭਿਆਨਕ ਟੱਕਰ ਹੋਈ ਹੈ, ਜਿਸ ਦੇ ਵਿੱਚ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਬੱਸ ਦਾ ਚਾਲਕ ਹੈ ਉਸਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਕਿਹਾ ਜਾ ਰਿਹਾ ਕਿ ਕਈ ਸਵਾਰੀਆਂ ਇਸ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਸਮਾਣਾ ਦੇ ਵਿੱਚ ਵਾਪਰਿਆ, ਜਿੱਥੇ ਕਿ ਇੱਕ ਬੱਸ ਜਦੋਂ ਸਮਾਣਾ ਤੋਂ ਕੈਥਲ ਦੇ ਲਈ ਰਵਾਨਾ ਹੋਈ ਤਾਂ ਰਸਤੇ ਦੇ ਵਿੱਚ ਉਸਦੀ ਟੱਕਰ ਇੱਕ ਟਰੱਕ ਦੇ ਨਾਲ ਹੋ ਜਾਂਦੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਬਿਲਕੁਲ ਹੀ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ, ਜਿਸ ਦੇ ਵਿੱਚ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਨੇ। ਤਾਂ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਵੀ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ PRTC ਦੀ ਇੱਕ ਬੱਸ ਬੁਰੇ ਤਰੀਕੇ ਦੇ ਨਾਲ ਭੰਨੀ ਹੋਈ ਹੈ ਸੜਕ ਦੇ ਉੱਤੇ, ਜੋ ਕਿਹਾ ਜਾ ਸਕਦਾ ਹੈ ਕਿ ਬੱਸ ਦਾ ਅਗਲਾ ਹਿੱਸਾ ਉਹ ਖਿਲਰਿਆ ਹੋਇਆ ਨਜ਼ਰ ਆ ਰਿਹਾ ਅਤੇ ਨਾਲ ਹੀ ਟਰੱਕ ਜਦੋਂ ਇਸ ਨੂੰ ਟੱਕਰ ਮਾਰਦਾ ਹੈ ਤਾਂ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ 500 ਮੀਟਰ ਅੱਗੇ ਜਾ ਕੇ ਉਹ ਟਰੱਕ ਰੁਕਦਾ ਹੈ ਅਤੇ ਜਦੋਂ ਟਰੱਕ ਰੁਕਦਾ ਹੈ ਤਾਂ ਉਸਦੇ ਵਿੱਚੋਂ ਚਾਲਕ ਉੱਤਰ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਬੱਸ ਦੇ ਵਿੱਚੋਂ ਜੋ ਜ਼ਖਮੀ ਸਵਾਰੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਅਤੇ ਐਂਬੂਲੈਂਸ ਨੂੰ ਫੋਨ ਮਿਲਾਇਆ ਜਾਂਦਾ, ਪਰ ਲੋਕਾਂ ਦੇ ਕਹਿਣਾ ਹੈ ਕਿ ਐਂਬੂਲੈਂਸ ਜੋ ਹੈ ਕਰੀਬ ਅੱਧਾ ਘੰਟਾ ਤੋਂ 1 ਘੰਟਾ ਦੇਰੀ ਦੇ ਨਾਲ ਪਹੁੰਚੀ ਹੈ, ਜਿਸ ਦੇ ਕਾਰਨ ਜੋ ਯਾਤਰੀ ਸੀ ਜ਼ਖਮੀ ਸੀ ਉਹਨਾਂ ਨੂੰ ਵੀ ਕਾਫੀ ਖੱਜਲ ਖੁਆਰ ਹੋਣਾ ਪਿਆ। ਤਾਂ ਦੂਜੇ ਪਾਸੇ ਹੁਣ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਖੁਦ ਬਿਆਨ ਕਰ ਰਹੀਆਂ ਨੇ ਕਿ ਟੱਕਰ ਕਿੰਨੀ ਜ਼ਬਰਦਸਤ ਰਹੀ ਹੋਵੇਗੀ ਅਤੇ ਕਈ ਜੋ ਇਸਦੇ ਵਿੱਚ ਸਵਾਰੀਆਂ ਨੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਹੁਣ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਿਹਾ ਜਾ ਰਿਹਾ ਕਿ ਟਰੱਕ ਚਾਲਕ ਦੀ ਲਾਪਰਵਾਹੀ ਦੇ ਨਾਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਉੱਥੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਕਾਫੀ ਘੱਟ ਚੌੜੀ ਹੈ, ਜਿਸ ਦੇ ਕਾਰਨ ਇੱਥੋਂ ਵੱਡੇ ਵਾਹਨ ਨਿਕਲਦੇ ਨੇ ਅਤੇ ਅਕਸਰ ਇੱਥੇ ਆਮ ਜੀ ਗੱਲ ਹੈ ਕਿ ਕੋਈ ਨਾ ਕੋਈ ਸੜਕ ਹਾਦਸਾ ਇੱਥੇ ਜ਼ਰੂਰ ਵਾਪਰਦਾ ਹੀ ਵਾਪਰਦਾ ਹੈ। ਤਾਂ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਸੜਕ ਚੌੜੀ ਕਰਨ ਦੀ ਮੰਗ ਕੀਤੀ ਹੈ। ਤਾਂ ਸਮਾਣਾ ਤੋਂ ਇਹ ਮਾਮਲਾ ਸਾਹਮਣੇ ਆਇਆ। ਇਹ ਤਕਰੀਬਨ ਹੁਣ ਤੋਂ ਕੋਈ ਅੱਧਾ ਪੌਣਾ 2 ਘੰਟਾ ਪਹਿਲਾਂ ਐਕਸੀਡੈਂਟ ਹੋਇਆ। ਕਿੰਨੇ ਬੰਦੇ ਇਹ ਬੱਸ ਕਿੱਥੇ ਜਾ ਰਹੀ ਸੀ? ਇਹ ਬੱਸ ਸਮਾਣੇ ਤੋਂ ਸ਼ਾਇਦ ਕੈਥਲ ਨੂੰ ਜਾ ਰਹੀ ਸੀ। ਕਿੰਨੇ ਸਵਾਰੀਆਂ ਫੱਟੜ ਹੋਈਆਂ? ਸਵਾਰੀਆਂ 10 ਤੋਂ 15 ਦੇ ਕਰੀਬ ਹੈਗੀਆਂ, ਜਿਹਨਾਂ ਨੂੰ ਇੱਕ ਕੋਈ ਏਸੀ ਘੋੜਾ ਘੋੜੇ ਵਾਲੇ ਦੀ ਅਣਗਹਿਲੀ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ, ਉਹ ਮਤਲਬ ਕਾਫੀ ਜ਼ਿਆਦਾ ਸਪੀਡ ਦੇ ਨਾਲ ਆ ਰਿਹਾ ਸੀ। ਘੋੜੇ ਜਾ ਰਹੇ, ਇੰਨੇ ਜ਼ਿਆਦਾ ਘੋੜੇ ਸੜਕ 'ਤੇ, ਜਿੰਨੇ ਘੋੜੇ ਨਿਕਲਦੇ ਸੀ ਘੋੜੇ ਕਿੰਨੇ ਗੁਜ਼ਰਦੇ ਸੜਕ? ਇਸ ਰੋਡ 'ਤੇ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਆ ਜੀ, ਤਾਂ ਕਾਫੀ ਹੈਵੀ ਗੱਡੀਆਂ ਵੀ ਲੰਘਦੀਆਂ। ਸੜਕ ਚੌੜੀ ਵੀ ਹੋਣੀ ਚਾਹੀਦੀ ਆ, ਉਹ ਜਿਹੜੀ ਇਹ ਸੀਕੇ ਤੋਂ ਸਮਾਣੇ ਨੂੰ ਜਾ ਰਹੀ ਆ, ਇਹ ਸੜਕ ਦਾ ਇੰਨਾ ਬੁਰਾ ਹਾਲ ਆ ਕਿ ਇੱਥੋਂ ਪੈਦਲ ਵੀ ਬੰਦਾ ਜਿਹੜਾ ਉਹ ਚੱਲ ਕੇ ਨਹੀਂ ਜਾ ਸਕਦਾ। ਸਵਾਰੀਆਂ ਦੇ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਦੇ ਨਾਲ ਭਿਆਨਕ ਟੱਕਰ ਹੋਈ ਹੈ, ਜਿਸ ਦੇ ਵਿੱਚ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਬੱਸ ਦਾ ਚਾਲਕ ਹੈ ਉਸਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਕਿਹਾ ਜਾ ਰਿਹਾ ਕਿ ਕਈ ਸਵਾਰੀਆਂ ਇਸ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਸਮਾਣਾ ਦੇ ਵਿੱਚ ਵਾਪਰਿਆ, ਜਿੱਥੇ ਕਿ ਇੱਕ ਬੱਸ ਜਦੋਂ ਸਮਾਣਾ ਤੋਂ ਕੈਥਲ ਦੇ ਲਈ ਰਵਾਨਾ ਹੋਈ ਤਾਂ ਰਸਤੇ ਦੇ ਵਿੱਚ ਉਸਦੀ ਟੱਕਰ ਇੱਕ ਟਰੱਕ ਦੇ ਨਾਲ ਹੋ ਜਾਂਦੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਬਿਲਕੁਲ ਹੀ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ, ਜਿਸ ਦੇ ਵਿੱਚ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਨੇ। ਤਾਂ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਵੀ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ PRTC ਦੀ ਇੱਕ ਬੱਸ ਬੁਰੇ ਤਰੀਕੇ ਦੇ ਨਾਲ ਭੰਨੀ ਹੋਈ ਹੈ ਸੜਕ ਦੇ ਉੱਤੇ, ਜੋ ਕਿਹਾ ਜਾ ਸਕਦਾ ਹੈ ਕਿ ਬੱਸ ਦਾ ਅਗਲਾ ਹਿੱਸਾ ਉਹ ਖਿਲਰਿਆ ਹੋਇਆ ਨਜ਼ਰ ਆ ਰਿਹਾ ਅਤੇ ਨਾਲ ਹੀ ਟਰੱਕ ਜਦੋਂ ਇਸ ਨੂੰ ਟੱਕਰ ਮਾਰਦਾ ਹੈ
ਤਾਂ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ 500 ਮੀਟਰ ਅੱਗੇ ਜਾ ਕੇ ਉਹ ਟਰੱਕ ਰੁਕਦਾ ਹੈ ਅਤੇ ਜਦੋਂ ਟਰੱਕ ਰੁਕਦਾ ਹੈ ਤਾਂ ਉਸਦੇ ਵਿੱਚੋਂ ਚਾਲਕ ਉੱਤਰ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਬੱਸ ਦੇ ਵਿੱਚੋਂ ਜੋ ਜ਼ਖਮੀ ਸਵਾਰੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਅਤੇ ਐਂਬੂਲੈਂਸ ਨੂੰ ਫੋਨ ਮਿਲਾਇਆ ਜਾਂਦਾ। ਪਰ ਲੋਕਾਂ ਦਾ ਕਹਿਣਾ ਹੈ ਕਿ ਐਂਬੂਲੈਂਸ ਜੋ ਹੈ ਕਰੀਬ ਅੱਧਾ ਘੰਟਾ ਤੋਂ 1 ਘੰਟਾ ਦੇਰੀ ਦੇ ਨਾਲ ਪਹੁੰਚੀ ਹੈ, ਜਿਸ ਦੇ ਕਾਰਨ ਜੋ ਯਾਤਰੀ ਸੀ ਜ਼ਖਮੀ ਸੀ ਉਹਨਾਂ ਨੂੰ ਵੀ ਕਾਫੀ ਖੱਜਲ ਖੁਆਰ ਹੋਣਾ ਪਿਆ। ਤਾਂ ਦੂਜੇ ਪਾਸੇ ਹੁਣ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਖੁਦ ਬਿਆਨ ਕਰ ਰਹੀਆਂ ਨੇ ਕਿ ਟੱਕਰ ਕਿੰਨੀ ਜ਼ਬਰਦਸਤ ਰਹੀ ਹੋਵੇਗੀ ਅਤੇ ਕਈ ਜੋ ਇਸਦੇ ਵਿੱਚ ਸਵਾਰੀਆਂ ਨੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਹੁਣ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਿਹਾ ਜਾ ਰਿਹਾ ਕਿ ਟਰੱਕ ਚਾਲਕ ਦੀ ਲਾਪਰਵਾਹੀ ਦੇ ਨਾਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਉੱਥੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਕਾਫੀ ਘੱਟ ਚੌੜੀ ਹੈ, ਜਿਸ ਦੇ ਕਾਰਨ ਇੱਥੋਂ ਵੱਡੇ ਵਾਹਨ ਨਿਕਲਦੇ ਨੇ ਅਤੇ ਅਕਸਰ ਇੱਥੇ ਆਮ ਜੀ ਗੱਲ ਹੈ ਕਿ ਕੋਈ ਨਾ ਕੋਈ ਸੜਕ ਹਾਦਸਾ ਇੱਥੇ ਜ਼ਰੂਰ ਵਾਪਰਦਾ ਹੀ ਵਾਪਰਦਾ। ਤਾਂ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਸੜਕ ਚੌੜੀ ਕਰਨ ਦੀ ਮੰਗ ਕੀਤੀ ਹੈ। ਤਾਂ ਸਮਾਣਾ ਤੋਂ ਇਹ ਮਾਮਲਾ ਸਾਹਮਣੇ ਆਇਆ। ਇਹ ਤਕਰੀਬਨ ਹੁਣ ਤੋਂ ਕੋਈ ਅੱਧਾ ਪੌਣਾ ਦੋ ਘੰਟਾ ਪਹਿਲਾਂ ਐਕਸੀਡੈਂਟ ਹੋਇਆ। ਕਿੰਨੇ ਬੰਦੇ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ? ਇਹ ਬੱਸ ਸਮਾਣੇ ਤੋਂ ਸ਼ਾਇਦ ਕੈਥਲ ਨੂੰ ਜਾ ਰਹੀ ਸੀ। ਕਿੰਨੇ ਸਵਾਰੀਆਂ ਫੱਟੜ ਹੋਈਆਂ? ਸਵਾਰੀਆਂ 10 ਤੋਂ 15 ਦੇ ਕਰੀਬ ਹੈਗੇ ਜਿਹਨਾਂ ਨੂੰ ਇੱਕ ਕੋਈ ਏਸੀ ਘੋੜਾ ਘੋੜੇ ਵਾਲੇ ਦੀ ਅਣਗਹਿਲੀ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ, ਉਹ ਮਤਲਬ ਕਾਫੀ ਜ਼ਿਆਦਾ ਸਪੀਡ ਦੇ ਨਾਲ ਆ ਰਿਹਾ ਸੀ। ਘੋੜੇ ਜਾ ਰਹੇ, ਇੰਨੇ ਜ਼ਿਆਦਾ ਘੋੜੇ ਸੜਕ 'ਤੇ, ਜਿੰਨੇ ਘੋੜੇ ਨਿਕਲ ਇਸ ਰੋਡ 'ਤੇ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਆ ਜੀ, ਤਾਂ ਕਾਫੀ ਹੈਵੀ ਗੱਡੀਆਂ ਵੀ ਲੰਘਦੀਆਂ। ਸੜਕ ਚੌੜੀ ਵੀ ਹੋਣੀ ਚਾਹੀਦੀ ਆ। ਉਹ ਜਿਹੜੀ ਇਹ ਚੀਕੇ ਤੋਂ ਸਮਾਣੇ ਨੂੰ ਜਾ ਰਹੀ ਆ, ਇਹ ਸੜਕ ਦਾ ਇੰਨਾ ਬੁਰਾ ਹਾਲ ਆ ਕਿ ਇੱਥੋਂ ਪੈਦਲ ਵੀ ਬੰਦਾ ਜਿਹੜਾ ਉਹ ਚੱਲ ਕੇ ਨਹੀਂ ਜਾ ਸਕਦਾ।